ਕਦੇ ਵੀ ਡਿੱਗ ਸਕਦੀ ਹੈ ਬਿਲਡਿੰਗ ਉੱਧਰ ਦੇ ਉੱਧਰ ਜਾਓ ਬਿਲਡਿੰਗ ਕੀ ਨਾਂ ਜੀ ਤੁਹਾਡਾ? ਭਾਅ ਜੀ ਮੇਰਾ ਨਾਂ ਕੁਲਦੀਪ ਸਿੰਘ ਬਾਘੇ ਪਿੰਡ ਤੋਂ ਜੀ। ਕੁਲਦੀਪ ਸਿੰਘ ਜੀ ਇੱਥੇ ਕੌਣ ਐਡਮਿਟ ਕੌਣ ਹੈ? ਹਾਂਜੀ ਮੈਂ ਐਡਮਿਟ ਹਾਂ ਜੀ। ਅਤੇ ਇੱਥੋਂ ਦੇ ਹਾਲਾਤ ਕਿੱਦਾਂ ਦੇ ਆ? ਪਾਣੀ ਦੀ ਗੱਲ ਕਰੀਏ, ਫਲੱਸ਼ਾਂ ਦੀ ਗੱਲ ਕਰੀਏ ਤਾਂ ਕਿੱਦਾਂ ਦੇ ਆ? ਦੇਖੋ ਭਾਅ ਜੀ, ਇੱਥੇ ਨਾ ਦਾ ਕੋਈ ਚੰਗਾ ਪ੍ਰਬੰਧ ਆ ਪਾਣੀ ਦਾ। ਜਿਹੜੀਆਂ ਉੱਤੇ ਫਲੱਸ਼ਾਂ ਦਾ ਬੋਰਡ ਲੱਗੇ ਹੋਏ ਆ ਸਰਕਾਰ ਵੱਲੋਂ ਲਵਾਏ ਆ ਵੀ ਇੱਥੇ ਨਾ ਤਾਂ ਬੀੜੀ ਸਿਗਰਟ ਪੀ ਸਕਦਾ ਨਾ ਆ ਸਕਦਾ, ਪਰ ਉਹਦੇ ਵਿੱਚ ਕੋਈ ਇਹਨਾਂ ਦੀ ਅਨੁਸ਼ਾਸਨ ਹੈ ਨਹੀਂ। ਬੀੜੀਆਂ ਸਿਗਰਟਾਂ ਉਹ ਵੀ ਉੱਥੇ ਪਈਆਂ, ਗੁਰਸਿੱਖ ਪਰਿਵਾਰ 'ਚੋਂ ਮੈਂ ਰਿਲੇਟਡ ਹਾਂ, ਪਰ ਉੱਥੇ ਇੰਨਾ ਮੁਸ਼ਕ ਮਾਰਦਾ ਬੀੜੀਆਂ ਸਿਗਰਟਾਂ, ਜਿਹੜੇ ਪੀਂਦੇ ਲੋਕ ਇਹ ਐਂਟਰ ਹੁੰਦੀਆਂ ਕਿਵੇਂ ਆ? ਪਾਣੀ ਦਾ ਕੋਈ ਚੰਗਾ ਪ੍ਰਬੰਧ ਨਹੀਂ ਗਾ। ਜਿਹੜਾ ਉੱਥੇ ਵਾਟਰ ਕੂਲਰ ਲੱਗਾ ਉਹਦੇ ਵਿੱਚ ਤੁਕ ਤੁਕ ਕਰਕੇ ਪਾਣੀ ਆਉਂਦਾ ਥੋੜ੍ਹਾ ਥੋੜ੍ਹਾ। ਜੇ ਆਪਾਂ ਜੇ ਪਾਣੀ ਲੈਣ ਵੀ ਜਾਈਏ, ਗਲਾਸ ਵੀ ਭਰਨਾ ਹੋਵੇ ਤਾਂ 15-20 ਮਿੰਟਾਂ ਵਿੱਚ ਭਰਿਆ ਜਾਊਗਾ। ਇਹ ਇੱਥੇ ਹੈ ਨਹੀਂ ਗੱਲਬਾਤ ਇੰਨੀ ਵਧੀਆ। ਅਤੇ ਇੱਥੇ ਦਵਾਈ ਜਿਹੜੀ ਤੁਹਾਨੂੰ ਮਿਲਦੀ ਹੈ ਸਾਰੀ ਫ੍ਰੀ ਮਿਲਦੀ ਹੈ ਜਾਂ ਤੁਹਾਨੂੰ ਬਾਜ਼ਾਰੋਂ ਲਿਆਉਣੀ ਪੈਂਦੀ? ਨਹੀਂ ਜੀ ਨਹੀਂ, ਇੱਥੇ ਲਿਖ ਦਿੰਦੇ ਆ ਬਾਜ਼ਾਰੋਂ ਲਿਆਓ, ਪਤਾ ਨਹੀਂ ਕੀ ਕਮੈਂਟਮੈਂਟ ਹੈ ਡਾਕਟਰਾਂ ਦੀ। ਅਸੀਂ ਬਾਹਰ ਜਾਂਦੇ ਹਾਂ ਉਹ ਤਾਂ ਬਸ ਜੋ ਕੁਝ ਦੇਤਾ ਭਰ ਕੇ ਲਿਫਾਫੇ ਫੜਾ ਦਿੰਦੇ ਆ, ਅਤੇ ਪਰ ਇੱਥੋਂ ਅੰਦਰੋਂ ਕੋਈ ਇੰਨਾ ਕਹਿ ਦਿੰਦੇ ਜੀ ਬਾਜ਼ਾਰੋਂ ਬਾਹਰੋਂ ਲੈ ਲਓ, ਸਾਡੇ ਕੋਲ ਖਤਮ ਹੋਈਆਂ ਦਵਾਈਆਂ, ਕੋਈ ਵੀ ਕੋਈ ਗੱਲ ਕਰਕੇ ਇੰਜੈਕਸ਼ਨ ਵਗੈਰਾ ਗੱਲ ਕਰਕੇ ਕੋਈ ਇਹਨਾਂ ਦਾ ਪ੍ਰਬੰਧ ਨਹੀਂ ਵਧੀਆ। ਸਾਡੇ ਕੋਲ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ EMOs ਦੀ ਥੋੜ੍ਹੀ ਜਿਹੀ ਘਾਟ ਚੱਲ ਰਹੀ ਹੈ, ਜਿਸ ਕਰਕੇ ਸਪੈਸ਼ਲਿਸਟ ਡਾਕਟਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਨੇ, ਬਤੌਰ EMO ਕੰਮ ਕਰ ਰਹੇ ਨੇ ਉਹ। ਉਹਦੇ ਨਾਲ ਡੈਫੀਨੇਟਲੀ ਕੰਮ ਦੇ ਜਿਹੜਾ ਹੈਗਾ ਉੱਤੇ ਪ੍ਰਭਾਵ ਤਾਂ ਪੈਂਦਾ ਹੀ ਹੈ। ਸਰਕਾਰ ਨੂੰ ਅਸੀਂ ਕਈ ਵਾਰੀ ਲਿਖ ਚੁੱਕੇ ਹਾਂ ਕਿ ਸਾਡੇ ਕੋਲ 6 EMO ਦੀ ਪੋਸਟਾਂ ਖਾਲੀ ਪਈਆਂ ਨੇ, EMO ਭੇਜੇ ਜਾਣ। ਇੱਕ ਸਾਡੇ ਕੋਲ ਜਿਹੜੇ ਮੈਡੀਕਲ ਸਪੈਸ਼ਲਿਸਟ ਨੇ ਉਹ ਸਿਰਫ ਇੱਕ ਹੀ ਹਨ, ਜਿਹੜੇ ਕਿ ਹੁਣ ਛੁੱਟੀ 'ਤੇ ਚੱਲ ਰਹੇ ਨੇ। ਦੂਸਰੇ ਇੱਕ ਹੋਰ ਮੈਡੀਕਲ ਸਪੈਸ਼ਲਿਸਟ ਡਾਕਟਰ ਜਿਨ੍ਹਾਂ ਦੇ ਆਰਡਰ ਹੋਏ ਸੀਗੇ, ਇੱਥੇ ਨਵੀਂ ਅਪੁਆਇੰਟਮੈਂਟ ਹੋਈ ਸੀ, ਲੇਕਿਨ ਉਹਨਾਂ ਨੇ ਹਾਲੇ ਜੁਆਇਨ ਨਹੀਂ ਕੀਤਾ। ਸਰ ਜੀ ਮੋਗਾ ਜ਼ਿਲ੍ਹਾ ਦੀ ਗੱਲ ਕੀਤੀ ਹੈ, ਮੋਗਾ ਕਿੰਨੇ ਡਾਕਟਰਾਂ ਦੀ ਕਮੀ ਹੈ ਟੋਟਲ? ਮੋਗੇ ਜ਼ਿਲ੍ਹੇ ਟੋਟਲ ਮੋਗੇ ਦੇ ਵਿੱਚ ਸਾਡੇ ਕੋਲ 97 ਪੋਸਟਾਂ ਨੇ, ਜਿਨ੍ਹਾਂ 'ਚੋਂ ਹਾਲੇ 48 ਪੋਸਟਾਂ ਖਾਲੀ ਹੈ, ਸੋਰੀ 49 ਖਾਲੀ ਨੇ, 48 ਭਰੀਆਂ ਹੋਈਆਂ ਨੇ, ਅਤੇ 26 ਜਿਹੜੇ ਡਾਕਟਰ ਨੇ ਸਪੈਸ਼ਲਿਸਟ ਕੰਮ ਕਰ ਰਹੇ ਨੇ, ਅਤੇ 22 ਜਿਹੜੇ ਜਨਰਲ MBBS ਡਾਕਟਰਸ ਨੇ। ਤੁਸੀਂ ਇਸ ਮਾਮਲੇ 'ਚ ਵਿਭਾਗ ਨੂੰ ਕੁਛ ਲਿਖਤੀ ਰੂਪ ਦਿੱਤਾ? ਅਸੀਂ ਦੋ ਇਹਦੇ ਬਾਰੇ ਕਈ ਵਾਰੀ ਅਸੀਂ ਲਿਖ ਚੁੱਕੇ ਹਾਂ ਕਿ ਜਿਹੜੀ ਸਾਡੇ ਕੋਲ ਵੈਕੈਂਸੀ ਪੁਜੀਸ਼ਨ ਹੈ ਇਹਨਾਂ ਨੂੰ ਭਰਿਆ ਜਾਏ, ਕਿਉਂਕਿ ਇਹਦੇ ਨਾਲ ਸਾਡੀ ਜਿਹੜੀ ਪ੍ਰੋਬਲਮ ਆਉਂਦੀ ਹੈ, ਜਿਹੜੇ ਸਪੈਸ਼ਲਿਸਟ ਡਾਕਟਰ ਨੇ ਜਦੋਂ ਐਮਰਜੈਂਸੀ ਡਿਊਟੀ ਕਰਕੇ ਜਾਂਦੇ ਨੇ, ਨਾਈਟ ਡਿਊਟੀ ਕਰਕੇ ਜਾਂਦੇ ਨੇ, ਅਗਲੇ ਦਿਨ OPD ਅਟੈਂਡ ਨਹੀਂ ਕਰ ਪਾਉਂਦੇ, ਇੱਕ ਤਾਂ ਮਰੀਜ਼ ਪਰੇਸ਼ਾਨ ਹੁੰਦੇ ਨੇ, ਦੂਸਰਾ ਉਹਨਾਂ ਦੇ ਆਪਣੇ ਵੀ ਬੈਂਚ ਮਾਰਕ ਪੂਰੇ ਨਹੀਂ ਹੁੰਦੇ। ਡਾਕਟਰ ਸਾਹਿਬ ਗੱਲ ਕਰੀਏ ਹੋਸਪਿਟਲ ਦੀ, ਅਤੇ ਹੋਸਪਿਟਲ ਜਿਹੜਾ ਆਪਣਾ ਮੋਗੇ ਦਾ ਸਿਵਲ ਹਸਪਤਾਲ ਪੰਜਾਬ ਦੇ ਟੋਪ ਦੇ ਹੋਸਪਿਟਲਾਂ 'ਚੋਂ ਗਿਣਿਆ ਗਿਆ ਹੈਗਾ, ਔਰ ਇੱਥੇ ਇੱਕੋ ਹੀ MD ਦੀ ਪੋਸਟ ਹੈਗੀ ਹੈ, ਔਰ ਉਹ ਵੀ 1.5 ਮਹੀਨੇ ਤੋਂ ਜਿਹੜੀ ਹੈਗੀ ਛੁੱਟੀ 'ਤੇ ਜਾ ਰਹੇ ਨੇ, ਔਰ ਡੇਲੀ ਪੇਸ਼ੈਂਟ ਜਿਹੜਾ ਕਰੀਬ 250 ਪੇਸ਼ੈਂਟ ਡੇਲੀ ਵਾਪਸ ਜਾਂਦਾ ਹੈਗਾ, ਇਹਦੇ ਬਾਰੇ ਕੀ ਕਹੋਗੇ? ਤਕਰੀਬਨ 3-4 ਮਹੀਨੇ ਪਹਿਲੇ ਨਾ ਸਪਟੈਂਬਰ ਦੇ ਮਹੀਨੇ ਵਿੱਚ ਜਦੋਂ ਮੇਰੇ ਕੋਲ ਚਾਰਜ ਸੀ, ਉਦੋਂ ਵੀ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਸੀ ਕਿ ਸਾਡੇ ਕੋਲ ਮੈਡੀਕਲ ਸਪੈਸ਼ਲਿਸਟ 1 ਹੈ, ਇੱਥੇ ਡਾਇਲਸਿਸ ਦਾ ਕੰਮ ਵੀ ਹੁੰਦਾ, ਐਮਰਜੈਂਸੀ ਸੇਵਾਵਾਂ ਵੀ, ਐਮਰਜੈਂਸੀ ਮੈਡੀਕਲ ਸੇਵਾਵਾਂ ਵੀ ਦੇਣੀਆਂ ਹੁੰਦੀਆਂ ਨੇ, ਤਾਂ ਇੱਕ ਮੈਡੀਕਲ ਸਪੈਸ਼ਲਿਸਟ ਨਾਲ ਨਹੀਂ ਸਰਦਾ ਸੀ। ਅਸੀਂ ਇੱਕ ਦੀ ਡਿਮਾਂਡ ਉਦੋਂ ਵੀ ਲਿਖ ਕੇ ਭੇਜੀ ਸੀ ਵੀ ਇੱਕ ਮੈਡੀਕਲ ਸਪੈਸ਼ਲਿਸਟ ਹੋਰ ਲਗਾਇਆ ਜਾਵੇ, ਸਰਕਾਰ ਨੇ ਲਗਾਇਆ ਵੀ ਹੈ, ਲੇਕਿਨ ਉਹਨਾਂ ਨੇ ਹਾਲੇ ਜੁਆਇਨ ਨਹੀਂ ਕੀਤਾ। ਮੇਰੇ ਖਿਆਲ 15-20 ਦਿਨ ਹੋ ਗਏ ਨੇ ਆਰਡਰ ਹੋਏ ਨੂੰ। ਸਰ ਇੱਕ ਪੀਣ ਦੇ ਪਾਣੀ ਕਾਫੀ ਦਿੱਕਤ ਆ, ਫਲੱਸ਼ ਟੋਇਲਟ ਬਹੁਤ ਗੰਦਗੀ ਪਈ ਹੈ, ਪਾਣੀ ਦਾ ਬਣਿਆ ਐਮਰਜੈਂਸੀ ਪੂਰੇ ਵਾਟਰ ਕੂਲਰ ਲੱਗਾ ਬਿਲਕੁਲ ਬੰਦ ਪਿਆ ਕਾਫੀ ਸਮੇਂ ਤੋਂ। ਜਿਹੜੇ ਵਾਟਰ ਕੂਲਰ ਨੇ, 5-6 ਵਾਟਰ ਕੂਲਰ ਲੱਗੇ ਹੋਏ ਨੇ ਸਾਰੇ ਹਸਪਤਾਲ ਦੇ ਵਿੱਚ ਪੀਣ ਵਾਲੇ ਪਾਣੀ ਵਾਸਤੇ, ਅਤੇ ਇਹਨਾਂ ਦੀ ਅਸੀਂ ਆਲਮੋਸਟ ਵਰਕਿੰਗ ਹੀ ਰਹਿੰਦੇ ਨੇ, ਕਦੇ ਵੀ ਪ੍ਰੋਬਲਮ ਨਹੀਂ ਆਉਂਦੀ। ਸਾਹਮਣੇ ਬਿਲਕੁਲ ਪਾਣੀ ਨਹੀਂ ਹੈਗਾ, ਉੱਥੇ ਗੰਦਗੀ ਬਹੁਤ ਪਈ ਹੈ, ਵੇਸਟ ਵੇਖਿਆ ਇਸ ਮੌਕੇ ਕਿੱਥੇ ਜੀ? ਗੱਲ ਕਰੀਏ 5 ਕੂਲਰ ਦੇ ਵਿੱਚ ਸਿਰਫ ਇਸ ਵੇਲੇ ਇੱਕੋ ਕੂਲਰ ਕੰਮ ਕਰ ਰਿਹਾ ਹੈਗਾ ਜਿਹੜਾ ਬਲੱਡ ਬੈਂਕ ਦੇ ਬਾਹਰ ਲੱਗਿਆ, ਬਾਕੀਆਂ ਦੇ ਵਿੱਚ ਪੂਰੀ ਗੰਦਗੀ ਭਰੀ ਹੋਈ ਹੈ ਜੀ। ਵੈਸੇ ਤਾਂ ਕੋਈ ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਪਰ ਫਿਰ ਚੈੱਕ ਕਰਕੇ ਕਰਵਾ ਦਿੰਦੇ ਠੀਕ, ਕੋਈ ਗੱਲ ਨਹੀਂ।
ਕਿਉਂਕਿ ਵਰਕਲੋਡ ਇੱਥੇ ਜ਼ਿਆਦਾ ਹੈਗਾ, ਪੇਸ਼ੈਂਟ ਦਾ ਰਸ਼ ਬਹੁਤ ਜ਼ਿਆਦਾ ਹੈਗਾ। ਅਸੀਂ ਬਹੁਤ ਜ਼ਿਆਦਾ, ਯਕੀਨ ਨਹੀਂ ਮੰਨੋਗੇ, ਤਨਦੇਹੀ ਨਾਲ ਅਸੀਂ ਸਾਰੀਆਂ ਸੇਵਾਵਾਂ ਨੂੰ ਸਹੀ ਰੱਖਣ ਦੀ ਕੋਸ਼ਿਸ਼ ਕਰੀ ਦੀ ਹੈ। ਮੈਂ ਆਪ ਨਿੱਜੀ ਇੰਟਰਸਟ ਲੈ ਕੇ ਇਸ ਨੂੰ ਚਲਾਉਂਦਾ ਰਹਿੰਦਾ, ਚੈੱਕ ਕਰਦਾ ਰਹਿੰਦਾ। ਲੇਕਿਨ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਇੱਕ ਨਾ ਪਤਾ ਕੀ ਹੋਰ ਚੀਜ਼ ਵੀ ਹੈ, ਜਿਹੜੇ ਲੋਕ ਵਿਚਾਰੇ ਪਿੰਡਾਂ ਦੇ ਆਉਂਦੇ ਨੇ ਨਾ, ਉਹਨਾਂ ਨੂੰ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਕਿ ਟੂਟੀ ਦੱਬ ਕੇ ਖੋਲਣੀ ਹੈ ਕਿ ਘੁਮਾ ਕੇ ਖੋਲਣੀ ਹੈ, ਉਹ ਇਸ ਚੀਜ਼ 'ਚ ਖਰਾਬ ਕਰ ਜਾਂਦੇ ਆ। ਅਤੇ ਇਹਦੇ ਲਈ ਅਸੀਂ, ਇਹ ਤਾਂ ਹੈ ਨਹੀਂ ਵੀ ਉੱਥੇ ਬੰਦਾ ਖੜਾ ਕਰ ਦਈਏ ਜਿਹੜਾ ਵਾਰ ਵਾਰ ਉਹਨਾਂ ਨੂੰ ਦੱਸੇ, ਇਹ ਕਰ ਸਕਦੇ ਹਾਂ। ਜਦੋਂ ਖਰਾਬ ਹੁੰਦੇ ਅਸੀਂ ਵਾਰ ਵਾਰ ਰਿਪੇਅਰ ਕਰਵਾਉਂਦੇ ਰਹਿੰਦੇ ਹਾਂ।